LIC ਮੁਲਾਜ਼ਮਾਂ ਦੀਆਂ ਤਿੰਨ ਪ੍ਰਮੁੱਖ ਯੂਨੀਅਨਾਂ ਫੈਡਰੇਸ਼ਨ ਆਫ ਕਲਾਸ 1 ਆਫੀਸਰਜ਼, ਕਲਾਸ 2 ਤੇ ਪੈਨਸ਼ਨਰ ਐਸੋਸੀਏਸ਼ਨ ਦੇ ਬੈਨਰ ਹੇਠ ਸਾਂਝੇ ਤੌਰ ਤੇ ਸਰਕਾਰ ਦੀਆਂ ਉਹ ਨੀਤੀਆਂ ਜੋ LIC ਦੇ ਸ਼ੇਅਰਸ ਨੂੰ ਪਬਲਿਕ ਇਸ਼ੂ ਕਰਨ ਜਾ ਰਹੀ ਹੈ ਉਸ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਨਾਰਥ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਲੁਧਿਆਣਾ ਮੰਡਲ ਦੇ ਪ੍ਰਧਾਨ ਕਾਮਰੇਡ ਪਰਮਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। FDI ਇੰਡਸਟਰੀ ਦਾ ਸੈਕਟਰ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, FDI ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, LIC ਦੇ ਵਿੱਚ FDI ਰੱਦ ਕਰੋ, ਰੱਦ ਕਰੋ, ਰੱਦ ਕਰੋ। ਸ਼੍ਰੀ BL ਪਾਟੀਆ ਮੈਡਮ ਰੀਤੂ ਅਬਾਨ ਨੇ ਕਿਹਾ ਕਿ ਸਰਕਾਰ LIC ਵਿੱਚ FD ਦੀ ਸੀਮਾ ਨੂੰ ਵਧਾਉਣਾ ਚਾਹੁੰਦੀ ਹੈ ਜੋ ਕਿ LIC ਮੁਲਾਜ਼ਮਾਂ ਨੂੰ ਹੀ ਨਹੀਂ ਸਗੋਂ ਪਾਲਿਸੀ ਧਾਰਕਾਂ ਲਈ ਵੀ ਘਾਤਕ ਸਿੱਧ ਹੋਵੇਗੀ। ਉਹਨਾਂ ਕਿਹਾ ਕਿ ਅੱਜ ਦੇ ਇਸ ਰੋਸ ਪ੍ਰਦਰਸ਼ਨ ਨਾਲ ਆਸ ਹੈ ਕਿ ਸਰਕਾਰ ਆਪਣੇ ਫੈਸਲੇ ਤੇ ਗੌਰ ਕਰੇਗੀ ਤੇ ਇਸ ਨੂੰ ਵਾਪਸ ਲਵੇਗੀ। FDI ਦਾ ਪ੍ਰਪੋਜ਼ਲ ਰੱਦ ਕਰੋ, ਰੱਦ ਕਰੋ, ਰੱਦ ਕਰੋ। ਇੰਸ਼ੋਰੈਂਸ ਪ੍ਰੀਮੀਅਮ ਤੇ GST ਬੰਦ ਕਰੋ, ਬੰਦ ਕਰੋ, ਬੰਦ ਕਰੋ। ਇੰਸ਼ੋਰੈਂਸ ਪ੍ਰੀਮੀਅਮ ਤੇ GST ਬੰਦ ਕਰੋ, ਬੰਦ ਕਰੋ, ਬੰਦ ਕਰੋ। LIC ਦਾ ਪਬਲਿਕ ਇਸ਼ੂ ਗੋ ਬੈਕ, ਗੋ ਬੈਕ, ਗੋ ਬੈਕ। LIC ਦਾ ਪਬਲਿਕ ਇਸ਼ੂ ਗੋ ਬੈਕ, ਗੋ ਬੈਕ, ਗੋ ਬੈਕ। ਅੱਜ ਪੂਰੇ ਦੇਸ਼ ਭਰ ਵਿੱਚ LIC ਆਫ ਇੰਡੀਆ ਵਿੱਚ ਕੰਮ ਕਰਦੇ ਸਾਰੇ ਇੰਪਲਾਈ ਜੁਆਇੰਟ ਫਰੰਟ ਦੇ ਸੱਦੇ ਉੱਤੇ ਡੈਮੋਸਟ੍ਰੇਸ਼ਨ ਕਰ ਰਹੇ ਹਨ, ਰੋਸ ਪ੍ਰਦਰਸ਼ਨ ਕਰ ਰਹੇ ਹਨ। ਜੁਆਇੰਟ ਫਰੰਟ ਵਿੱਚ ਆਲ ਇੰਡੀਆ ਇੰਸ਼ੋਰੈਂਸ ਇੰਪਲਾਈ ਐਸੋਸੀਏਸ਼ਨ, ਨੈਸ਼ਨਲ ਫੈਡਰੇਸ਼ਨ, ਕਲਾਸ 1 ਆਫੀਸਰ ਫੈਡਰੇਸ਼ਨ, ਉਸ ਦੇ ਸੱਦੇ 'ਤੇ ਦੇਸ਼ ਭਰ ਦੇ LIC ਦੇ ਸਾਰੇ ਦਫ਼ਤਰਾਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ ਸਰਕਾਰ ਦੇ ਉਸ ਫੈਸਲੇ ਦੇ ਵਿਰੁੱਧ ਜਿਸ ਵਿੱਚ NDA ਸਰਕਾਰ ਨੇ ਹੁਣੇ ਹੁਣੇ ਇਹ ਅਨਾਊਂਸ ਕੀਤਾ ਹੈ ਕਿ LIC ਨੂੰ ਸਟਾਕ ਮਾਰਕੀਟ ਵਿੱਚ ਲਿਸਟ ਕੀਤਾ ਜਾਏਗਾ। ਉਹਦਾ ਸਿੱਧਾ ਮਤਲਬ ਹੈ ਕਿ LIC 'ਚ 100% ਹਿੱਸੇਦਾਰੀ ਪ੍ਰਾਈਵੇਟ ਕੰਪਨੀਆਂ ਦੀ ਹੋ ਜਾਏਗੀ। ਇਸ ਦੇ ਨਾਲ ਇਹ ਹੋ ਜਾਏਗਾ ਕਿ LIC ਨੂੰ ਹੌਲੇ ਹੌਲੇ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ। ਸਰਕਾਰ ਜਿਹੜੀ ਹੈ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦਾ ਪੈਸਾ, ਪਬਲਿਕ ਦਾ ਪੈਸਾ, ਉਹ ਸਾਰਾ ਸ਼ੇਅਰ ਮਾਰਕੀਟ ਵਿੱਚ ਲਗਾ ਰਹੀ ਹੈ ਔਰ ਸ਼ੇਅਰ ਮਾਰਕੀਟ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ ਹੈ LIC ਨੂੰ, ਜਿਹੜੇ ਪੈਸਾ ਇਨਵੈਸਟ ਹੋਇਆ ਹੈ। ਉਸ ਦੇ ਨਾਲ ਨਾਲ ਇਹ ਜਿਹੜੇ FDI ਵਧਾ ਰਹੇ ਨੇ, FDI ਵਧਾਉਣ ਦਾ ਮਤਲਬ ਇਹੀ ਹੈ ਕਿ LIC ਨੂੰ ਕਿਸੇ ਢੰਗ ਨਾਲ ਨੁਕਸਾਨ ਪਹੁੰਚਾਇਆ ਜਾਏ, ਜਿਸ ਦਾ ਅਸੀਂ ਵਿਰੋਧ ਤਾਂ ਕਰਦੇ ਹਾਂ ਔਰ ਸਾਰੀਆਂ ਜਿਸ ਯੂਨੀਅਨਸ ਕਲਾਸ 1, 2, 3, 4 ਔਰ ਉਸ ਤੋਂ ਬਾਅਦ ਪੈਨਸ਼ਨਰਸ ਐਸੋਸੀਏਸ਼ਨ, ਉਹ ਸਾਰੇ ਮਿਲ ਕੇ ਅੱਜ ਇਸ ਦੀ ਵਿਰੋਧਤਾ ਕਰਨ ਲਈ ਮੁਜ਼ਾਹਰੇ ਕਰ ਰਹੇ ਹਨ ਹਿੰਦੁਸਤਾਨ ਭਰ ਵਿੱਚ, ਔਰ ਇਹ ਮੁਜ਼ਾਹਰੇ ਕੰਟੀਨਿਊ ਰਹਿਣਗੇ, ਲੜਾਈ ਕੰਟੀਨਿਊ ਰਹੇਗੀ ਅਗਰ ਸਰਕਾਰ ਨੇ ਆਪਣੀ ਪਾਲਿਸੀ ਵਿੱਚ ਤਬਦੀਲੀ ਨਾ ਲਿਆਂਦੀ। ਅੱਜ ਦੀ ਜਿਹੜੀ ਸਟ੍ਰਾਈਕ ਹੈ, ਅੱਜ ਅਸੀਂ ਆਪਣਾ ਲੰਚ ਟਾਈਮ ਸਾਰੇ LIC ਆਫਿਸਿਸ ਆਲ ਇੰਡੀਆ 'ਚ ਸਾਰੇ, ਚਾਹੇ ਕਲਾਸ 1 ਹੈ, ਕਲਾਸ 2 ਹੈ, ਪੈਨਸ਼ਨਰ ਐਸੋਸੀਏਸ਼ਨ, ਕਲਾਸ 3-4 ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਬੈਨਰ ਥੱਲੇ ਅਸੀਂ ਅੱਜ ਜੁਆਇੰਟ ਫਰੰਟ ਬਣਾ ਕੇ ਜਿਹੜੀ ਸਰਕਾਰ ਦੀ ਇਹ ਨੀਤੀ ਹੈ ਕਿ ਉਹ LIC ਦੇ ਸ਼ੇਅਰਸ ਉਹ ਪਬਲਿਕ ਇਸ਼ੂ ਕਰਨ ਜਾ ਰਹੀ ਹੈ, ਉਸ ਦੇ ਖਿਲਾਫ ਅੱਜ ਅਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ, ਜਿਸ ਦੇ ਨਾਲ ਜਿਹੜੀ ਉਹ ਆਪਣੀ LIC ਦੇ ਵਿੱਚ FDI ਦੀ ਸੀਮਾ ਨੂੰ ਵਧਾਉਣਾ ਚਾਹੁੰਦੀ ਹੈ, ਜੋ ਕਿ ਇੱਕ ਸਿਰਫ LIC ਇੰਪਲਾਈਜ਼ ਲਈ ਨਹੀਂ, ਜਦਕਿ ਜਿਹੜੇ ਆਪਣੇ ਕਿੰਨੇ ਪਾਲਿਸੀ ਧਾਰਕ ਹੈ ਉਹਨਾਂ ਲਈ ਵੀ ਬੜੇ ਘਾਤੀਕਾਰਕ ਹੈ, ਹਾਨੀਕਾਰਕ ਹੈ। ਅਸੀਂ ਉਹਦੇ ਵਿਰੋਧ ਵਿੱਚ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਔਰ ਇਹੀ ਉਮੀਦ ਕਰਦੇ ਹਾਂ ਕਿ ਅੱਜ ਦੇ ਸਾਡੇ ਪ੍ਰਦਰਸ਼ਨ ਨਾਲ ਸਰਕਾਰ 'ਤੇ ਕੋਈ ਨਾ ਕੋਈ ਜ਼ਰੂਰ ਅਸਰ ਪਏਗਾ ਔਰ ਇਸ ਚੀਜ਼ ਨੂੰ ਇਹ ਵਾਪਸ ਲਏ। ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਗੁਰਮੀਤ ਨਿੱਜਰ ਦੀ ਰਿਪੋਰਟ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।